ਇਹ ਰਾਵਲਪਿੰਡੀ 'ਚ ਰਹਿਣੇ ਹਾਂ ਜੀ। ਇਹ ਤੁਸੀਂ ਅੱਗੇ ਵੀਡੀਓ ਦੱਸੀ ਰਹੇ ਹਾਂ, ਇੰਗਲੈਂਡ ਤੋਂ ਆਏ ਹੋਏ ਹਾਂ, ਪਾਕਿਸਤਾਨ ਵਿੱਚ ਇਨਵੈਸਟਮੈਂਟ ਕਰਨੇ ਹਾਂ, ਉੱਥੋਂ ਪੌਂਡ ਆਉਂਦੇ ਹਾਂ ਪਾਕਿਸਤਾਨ 'ਚ, ਗੈਸ ਬਾਲਦੇ ਮੈਂ ਸਰ ਤੁਸਾਂ ਕਿ ਇਹ ਮੋਟਰ ਚਾਹੀਦੀ ਹੈ। ਹੁਣ ਸੁਬਹਾ ਨੇ 11 ਵਜਣੇ ਪਏ, ਸਵੇਰੇ ਨੇ ਟਰਾਈ ਕਰਨਾ ਪਿਆ, ਗੈਸ ਬਲਾ ਗੈਸ ਬਲਾ, ਤਾਂ ਗੈਸ ਇਹ ਤਾਂ ਕਿਆ ਹੈ, ਇਹ ਗੈਸ ਬਲੀ ਨੇ, ਕੋਈ ਹਵਾ ਨਹੀਂ ਕੋਈ ਗੈਸ ਨਹੀਂ। ਹੁਣ ਬੰਦਾ ਇਮਰਾਨ ਖਾਨ ਪੁੱਛਿਆ, ਤੂੰ ਅਸਾਂ ਕਿਤਨਾ ਆਖਣਾ ਹੈ ਕਿ ਪਾਕਿਸਤਾਨ ਅੱਛੋ, ਤਾਂ ਤੁਸਾਂ ਕਿ ਹਰ ਸਹੂਲਤ ਮਯਸਰ ਹੋ ਸੀ, ਹੁਣ ਚਾਹ ਬਣਾਉਣੀ ਤਾਂ ਦੁੱਧ ਹੈ ਪਿਆ ਵਾ, ਅੱਧਾ ਦੁੱਧ ਤੱਤਾ ਆ ਅੱਧਾ ਹੁਣ ਠੱਡਾ ਹੋ ਜਾ, ਤੁਸਾਂ ਸੋਹਣਿਆ ਗੈਸ ਬਾਲੀ ਵੀ, ਜੇ ਬਿਜਲੀ ਨੇ ਕਨੈਕਸ਼ਨ ਆਹੋ ਤਾਂ ਬਿਜਲੀ ਨੇ ਕਨੈਕਸ਼ਨ ਵੀ ਨਹੀਂ ਦੇਣੇ, ਤਾਂ ਬੰਦਾ ਇਹਨਾਂ ਨੇ ਕਿਆ ਇਲਾਜ ਕਰਿਆ, ਇਹਨਾਂ ਨੇ ਕਿਹੜੀਆਂ ਕਿਹੜੀਆਂ ਗੱਲਾਂ ਬੁੱਝਿਆ। ਇਹ ਸੋਹਣੇ ਜਿਹੜਾ ਹੁਣ ਸੁਣ ਤੱਕੋ, ਅਸੀਂ ਇੰਗਲੈਂਡ 'ਤੇ ਇਹ ਚੀਜ਼ਾਂ ਨਹੀਂ ਕਰਨੀਆਂ ਪੈਣੀਆਂ, ਇਹ ਹੈ ਪਾਕਿਸਤਾਨ, ਇਹ ਤਾਂ ਕਿਹਾ ਨੇ ਭਾਵੇਂ ਇਕਦਮ ਅੱਛਾ ਦਾਜ ਛਾੜੀ ਉੜਾ। ਤਾਂ ਬਿਜਲੀ ਨੇ ਮੀਟਰ ਅਪਲਾਈ ਕਰੋ, ਅਤੇ ਜਿਹੜਾ ਇਮਰਾਨ ਖਾਨ ਬਣਾਇਆ ਵਾ ਆਪਣਾ ਸਿਟੀਜ਼ਨ ਪੋਰਟਲ, ਉਸ ਪਰ ਜੋ ਕੁਝ ਬਿਜਲੀ ਲਿਆਖਣੇ ਉਸਨੇ ਅੱਗੇ ਜਿਹੜੇ ਇਮਰਾਨ ਖਾਨ ਬੰਦੇ ਰੱਖੇ ਵੇ, ਉਹ ਬੰਦੇ ਜਿਹੜਾ ਉਹਨਾਂ ਨੂੰ ਪੁੱਛੀ ਨਾ ਜਵਾਬ ਦੇਣੇ, ਉਹਨਾਂ ਵੀ ਦੁਬਾਰਾ ਮੈਸੇਜ ਕਰੋ ਨਾ, ਤਾਂ ਉਹ ਕਹਿੰਦਾ ਵੀ ਤੁਸੀਂ ਕਿ ਮੈਸੇਜ ਵਾਪਸ ਨਹੀਂ ਕਰਨੇ। ਮਾੜਾ ਪਹਿਲਾ ਮੈਸੇਜ ਉਹਨਾਂ ਵਾਪਸ ਕੀਤਾ, ਦੁਆ ਮੈਂ ਉਹਨਾਂ ਕਿ ਈਮੇਲ ਕੀਤਾ, ਅੱਜ ਤੱਕ ਉਹਨਾਂ ਮੈਂ ਕਿ ਈਮੇਲ ਨਾਲ ਜਵਾਬ ਨਹੀਂ ਦਿੱਤਾ। ਲਿਹਾਜ਼ਾ ਪਾਕਿਸਤਾਨ ਵਿੱਚ ਇਨਵੈਸਟਮੈਂਟ ਕਰਨੇ ਹੋਣਾ, ਤਾਂ ਇਹ ਚੀਜ਼ ਨਾ ਸੋਚਿਆ ਕਿ ਤੁਸੀਂ ਇਹ ਸਹੂਲਤਾਂ ਮੌਜੂਦ ਹੋ ਸਕਣ, ਇਹ ਤੱਕ ਅਸਾਂ ਪਿੰਡੀ ਰਹਿੰਦੇ ਹਾਂ, ਇਹ ਗੈਸ ਨਹੀਂ ਹੈ, ਦੂਆ ਮਕਾਨ ਬਣਾਏ ਰਹੇ ਹਾਂ ਉੱਥੇ ਬਿਜਲੀ ਨਹੀਂ ਦੇਣੇ, ਤਾਂ ਹਾਣੇ 1,75,000 ਦੇ ਸੋ ਅਤੇ ਤੁਸੀਂ ਅਸਾਂ ਖੰਭੇ ਲਾਏ ਦੇਸਾਂ। ਇਸ ਵੀਡੀਓ ਕੀ ਤੱਕੋ, ਇਸਕੀ ਸ਼ੇਅਰ ਕਰੋ, ਇਸ ਚੈਨਲ ਸਬਸਕ੍ਰਾਈਬ ਕਰੋ, ਅਤੇ ਇਸਕੀ ਜਿਹੜਾ ਅੱਗੇ ਫਾਰਵਰਡ ਕਰੋ। ਥੈਂਕ ਯੂ।